ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਤੇ ਜਾਂਚ ਕਰ ਰਹੀ SIT ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਅਤੇ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਈ ਜਾਵੇ। SIT ਤਾਂ ਕਾਂਗਰਸ ਮੰਤਰੀਆਂ ਦੇ ਇਸ਼ਾਰੇ 'ਤੇ ਚੱਲ ਰਹੀ ਹੈ। ਹਮੇਸ਼ਾ ਇੱਕ ਮੰਗ ਰੱਖੀ ਹੈ ਕਿ ਇਹਦੀ ਇਨਕੁਆਇਰੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਨਾਲ ਜੱਜ ਸਾਹਿਬ ਕਰਨ ਜਾਂ ਕੋਈ ਇੰਡੀਪੈਂਡੈਂਟ ਏਜੰਸੀ ਕਰੇ। ਉਹਦਾ ਕਾਰਨ ਕੀ ਬਣਿਆ ਕਿ ਅੱਜ ਕੱਲ੍ਹ ਜੋ ਹਾਲਾਤ ਬਣੇ ਹੈ, ਕਾਂਗਰਸ ਨੇ ਕਦੇ ਵੀ ਕਿਸੇ ਮੁੱਦੇ 'ਤੇ ਸੀਰੀਅਸ ਨਹੀਂ, ਉਹ ਤਾਂ ਸਿਆਸੀਕਰਨ ਹੈ। SIT 'ਚ ਪਹਿਲਾਂ ਅਸੀਂ ਕੋਆਪਰੇਟ ਕੀਤਾ, ਅਸੀਂ ਆਪ ਗਏ, ਅਸੀਂ ਆਪ ਚਾਹਿਆ ਕਿ ਜਦੋਂ ਤੁਸੀਂ ਆਪ ਵੇਖਿਆ ਬਾਲ ਸਾਹਿਬ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀ ਜਦ ਕੁਐਸਚਨਿੰਗ 'ਤੇ। ਮਗਰ ਹੁਣ ਅਫਸੋਸ ਇਸ ਗੱਲ ਦਾ ਹੈ ਕਿ ਉਹਦਾ ਸਿਆਸੀਕਰਨ ਸ਼ੁਰੂ ਹੋ ਗਿਆ। ਮਨਤਾਰ ਸਿੰਘ ਬਰਾੜ ਨੂੰ ਉਹਦੇ 'ਚ ਅਕਿਊਜ਼ਡ ਬਣਾਉਣਾ ਪੋਲੀਟਿਕਸ ਨਹੀਂ ਅਤੇ ਕੀ ਨਹੀਂ। ਐਂਡ ਜਿਹੜਾ ਥੱਲੇ ਸਾਈਨ ਕਰ ਰਿਹਾ, SIT ਨਹੀਂ ਸਾਈਨ ਕਰ ਰਹੀ, ਉਹ ਇੱਕ ਅਫਸਰ ਸਾਈਨ ਕਰ ਰਿਹਾ ਜਿਹਨੇ ਆਪਦੀ ਫੇਸਬੁੱਕ ਪੋਸਟ 'ਚ ਆਪਦੀ ਬਣਾਇਆ ਸੀਗਾ ਕਿ ਚੀਫ ਮਿਨਿਸਟਰ ਦਾ ਕਾਂਗਰਸ ਦੇ ਇੱਕ ਲੀਡਰ ਨੂੰ ਐਜ਼ ਚੀਫ ਮਿਨਿਸਟਰ ਕਿ ਮੈਂ ਉਹਦਾ ਸਮਰਥਕ ਹਾਂ ਐਜ਼ ਚੀਫ ਮਿਨਿਸਟਰ। ਫਿਰ ਕੀ ਇੰਡੀਪੈਂਡੈਂਸ ਰਹਿ ਜਾਣੀ ਆ? ਐਂਡ ਜਿਹੜਾ MLA ਨਾਮ ਮੌਕੇ 'ਤੇ ਮੌਜੂਦ ਹੋਵੇ, ਜਿਸ MLA ਕੋਈ ਫੋਨ ਕਾਲ 'ਤੇ ਗੱਲ ਕਰੇ, ਤੁਸੀਂ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਲੋਕ ਸਾਨੂੰ ਫੋਨ ਕਰਦੇ ਆ ਕਿ ਜੀ ਫਲਾਣੇ ਪਿੰਡ 'ਚ ਇਹ ਹਾਲਾਤ ਠੀਕ ਨਹੀਂ, ਤੁਸੀਂ ਗੱਲ ਕਰੋ, ਅਤੇ MLA ਕੋਲ ਦੋ ਜਾਂ ਤਾਂ ਫੋਨ ਬੰਦ ਕਰਕੇ ਸੌਂ ਜੇ, ਫਿਰ ਕਹਿਣਗੇ ਜੀ ਇੰਨਾ ਕੁਛ ਹੁੰਦਾ ਰਿਹਾ, MLA ਸੁੱਤਾ ਰਿਹਾ, ਤਾਂ ਵੀ ਗੁਨਾਹਗਾਰ ਹੈ। ਜੇ MLA ਫੋਨ ਕਰਕੇ ਪੁੱਛੇ ਹਾਲਾਤ ਤਾਂ ਤੁਸੀਂ ਉਹਨੂੰ ਗੁਨਾਹਗਾਰ ਬਣਾ ਦਿਓ। ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਫੋਨ 'ਤੇ ਕਿਸੇ ਨਾਲ ਗੱਲ ਕਰਨੀ ਕੋਈ ਜੁਰਮ ਨਹੀਂ ਹੈ। ਇਹ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾਈਆਂ ਜਾ, ਸਿਆਸੀਕਰਨ ਸ਼ੁਰੂ ਹੋ ਗਿਆ ਉਹਦੇ 'ਚ। ਤੁਸੀਂ ਧਿਆਨ ਨਾਲ ਮਨਤਾਰ ਸਿੰਘ ਬਰਾੜ ਦੀ ਜਿਹੜੇ ਧਿਆਨ ਨਾਲ ਗੱਲ ਸੁਣੋ, 5-6 ਬੰਦਿਆਂ ਨੂੰ ਹੁਣ ਇਹਨਾਂ ਨੇ ਸੱਦਣਾ ਅੱਗੇ, ਉਹਨਾਂ ਨੂੰ ਇਸ ਲਈ ਕਿ ਇਹਨੇ ਫੋਨ ਚੁੱਕਿਆ ਸੀ। ਹੁਣ ਤੁਹਾਡਾ ਫੋਨ ਤੁਹਾਡਾ ਘਰ ਕੋਈ ਤੁਹਾਡੀ ਵਾਈਫ ਚੁੱਕ ਲੈਣ, ਤੁਹਾਡੇ ਨਾਲ ਕਿਸੇ ਦਾ ਫੋਨ ਆਇਆ, ਸੁਭਾਵਿਕ ਹੈ ਤੁਸੀਂ ਬਿਜ਼ੀ ਹੋ, ਤੁਹਾਡੇ ਮੈਸੇਜ ਚੁੱਕ ਲੈਣ ਅਤੇ ਮੁੜ ਕੇ ਕਹਿਣ ਜੀ ਇਹਨਾਂ ਦੇ ਮੈਸੇਜ ਨੂੰ ਵੀ ਕਰੋ ਜੀ। ਇਹ ਸਾਰਾ ਜਿਹੜਾ ਸਿਸਟਮ ਬਣ ਗਿਆ ਨਾ ਪੋਲੀਟਿਕਸ ਹੈ, ਕਿਉਂਕਿ ਕਾਂਗਰਸ ਨੇ ਕੰਮ ਕੋਈ ਨਹੀਂ ਕੀਤਾ। ਹੁਣ ਉਹਨਾਂ ਕੋਲ ਲੈ ਦੇ ਕੇ ਆ SIT, ਉਹਨਾਂ ਕੋਲ ਇੱਕ ਏਜੰਡਾ ਰਹਿ ਗਿਆ ਜਿਹਦੇ ਨਾਲ ਵਿਰੋਧੀਆਂ ਨੂੰ ਬਦਨਾਮ ਕਰਨ ਅਤੇ ਲੋਕਾਂ ਦੀ ਵੋਟਾਂ ਲੈਣ ਦੀ ਕੋਸ਼ਿਸ਼ ਕਰਨ। ਚਨ ਬੜਾ ਕਲੀਅਰ ਹੈ ਜੀ, ਵੀ ਵਾਂਟ ਜਸਟਿਸ, ਇਹਦੇ 'ਚ ਸੱਚਾਈ ਸਾਹਮਣੇ ਆਵੇ। ਮਗਰ ਸੱਚਾਈ ਸਾਹਮਣੇ ਤਾਂ ਆਊਗਾ ਜੇ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ। ਜੇ ਉਹ ਕਾਂਗਰਸ ਦੇ ਹੈੱਡਕੁਆਰਟਰ ਤੋਂ ਜਾਖੜ ਉਹਦੀ ਇਨਕੁਆਇਰੀ ਕਰੂ। ਹੁਣ SIT ਦੇ ਮੈਂਬਰ 9 ਦੇ ਤਾਂ ਅਫਸਰ ਨੇ, ਮਗਰ ਬਿਆਨ ਤਾਂ ਮੰਤਰੀ ਦੇ ਦਿੰਦੇ ਆ। ਮੰਤਰੀ ਪਹਿਲਾਂ ਹੀ ਦੱਸ ਦਿੰਦੇ ਕਿ ਫਲਾਣੇ ਨੂੰ ਸੱਦ ਲਿਆ ਜਾਊ ਜੀ, ਫਲਾਣੇ ਨੂੰ ਇਸ ਤਰ੍ਹਾਂ ਉਹੀ ਕਾਰਵਾਈ ਹੋ ਰਹੀ ਕਿ SIT ਦੀ ਇੰਡੀਪੈਂਡੈਂਸ ਖਤਮ ਹੋ ਗਈ ਹੈ। SIT ਦੇ ਅਸਲ ਮੈਂਬਰ ਹੁਣ ਜਾਖੜ ਸਾਹਿਬ, 1-2 ਮੰਤਰੀ ਹੋਰ ਜਿਨ੍ਹਾਂ ਦਾ ਮੈਂ ਨਾਂ ਲਊਂਗਾ, ਫਿਰ ਐਵੇਂ ਖੁਸ਼ ਹੁੰਦੇ ਆ, ਥੋੜ੍ਹੀ ਉਹਨਾਂ ਨੂੰ ਇੰਪੋਰਟੈਂਸ ਮਿਲਦੀ ਹੈ। ਮਗਰ ਤੁਹਾਨੂੰ ਵੀ ਪਤਾ, ਗਾਂਢੀ ਆਂਢੀ ਗੁਆਂਢੀ ਨੇ, SIT ਦੇ ਮੈਂਬਰ ਹੁਣ ਜਾਖੜ ਅਤੇ 2-3 ਮੰਤਰੀ, ਉਹ ਜੋ ਫੈਸਲਾ ਰਾਤ ਨੂੰ ਕਰਦੇ ਆ ਉਹ ਫੈਸਲੇ ਸਵੇਰੇ ਸਵਾਲ ਹੁੰਦੇ ਆ, ਉਸ ਤਰ੍ਹਾਂ ਕਾਰਵਾਈ ਹੁੰਦੀ। ਇਸ ਲਈ ਇੰਡੀਪੈਂਡੈਂਸ ਤਾਂ ਰਹੀ ਨਹੀਂ।